ਮੈਂ ਖੋਤੀ ਰੀੜੀ ਵਾਹੁਣਾ ਨਾ। ਅੱਛਾ, ਖੋਤੀ ਰੀੜੀ ਦੇ ਪਿੱਛੇ ਲਾ ਜਾਂਦਾ ਜੀ, ਬਾਕੀ ਦੀ ਨਹਿਰ ਵੇ ਕਰੋ ਦੁਆ ਸਾਰੇ ਲੱਕੀ ਡੀਰ ਦੀ ਖੈਰ ਹੋਵੇ। ਕਰਦੇ। ਅੱਛਾ ਜੀ, ਅਤੇ ਉਹ ਕਿੰਨਾ ਚਿਰ ਜੀ ਖੋਤੇ ਰੇੜੀ ਬਾਈ? 4-5 ਸਾਲ ਵਿਆਹ ਜੀ ਮੈਂ। ਗੁਜ਼ਰੋਂ ਘਰ ਦੀ ਘਰ ਦੀਆਂ ਚੀਜ਼ਾਂ ਵੇਚ ਲਈਦੀਆਂ ਨੇ, ਕੋਈ ਖਾ ਲਈਦਾ। ਗੱਡੀ ਵੇਚ ਕੇ ਲਾਤੀ ਮੈਂ, 14-15 ਲੱਖ ਰੁਪਇਆ ਮੇਰੇ 'ਤੇ ਲੱਗ ਗਿਆ। ਅੱਛਾ, ਗੱਡੀ ਵੇਚ ਕੇ ਲਾਤੀ। ਬਿਮਾਰ ਜਦੋਂ ਹੋਏ ਤਾਂ ਕਾਫੀ ਪੈਸੇ? ਹਾਂਜੀ ਹਾਂਜੀ। ਅੱਛਾ, ਕਿਤੇ ਕਿਰਨ ਸ਼ਾਹ ਨੂੰ ਤਾਂ ਛੱਡ ਦਿੰਦੇ? ਹਾਂਜੀ, ਉਹ ਨਹੀਂ ਛੁੱਟਦੀ। ਮੈਂ ਕਹਿੰਦੀ ਕਾਲਾ ਕਾਲਾ ਕਰਨੀ ਹੈ, ਕਦੀ ਕਾਲੇ ਦੇ ਲਾ ਕੇ ਨਾਲ ਤੇ ਵੇ, ਉਹ ਗੋਰਿਆਂ 'ਚ ਕਰਾ ਮਾਤ ਨਹੀਂ, ਕਦੀ ਕਾਲਿਆਂ ਦੇ ਕਰਾ ਮਾਤ ਤੇ ਵੇ, ਨਹੀਂ ਲੱਖਾਂ ਬਾਲ ਵੇਖੇ ਕਦੀ ਕਾਲੇ ਦਾ ਜੰਮ ਕੇ ਬਾਲ ਦੇ ਵੇ। ਅਸਲਾਮ ਵਾਲੇਕੁਮ ਜੀ, ਮੈਂ ਹੂੰ ਡਾਕਟਰ ਅਜਮਲ ਮਲਿਕ ਔਰ ਆਪ ਦੇਖ ਰਹੇ ਹੈਂ ਹਮਾਰਾ ਯੂਟਿਊਬ ਚੈਨਲ ਡਰਾਮੇਬਾਜ਼ੀਆਂ। ਡਰਾਮੇਬਾਜ਼ੀਆਂ ਕੇ ਪਲੇਟਫਾਰਮ ਪਰ ਆਜ ਬੜੀ ਮੁਸ਼ਕਿਲ ਔਰ ਬੜੀ ਭਾਗ ਦੌੜ ਕੇ ਬਾਅਦ ਪਾਕਿਸਤਾਨ ਕਾ ਥੀਏਟਰ ਕਾ ਵੋ ਸੁਪਰ ਸਟਾਰ ਮੇਰੇ ਹੱਥ ਚੜ ਗਿਆ ਹੈ, ਜਿਹੜਾ ਹੱਥ ਨਹੀਂ ਸੀ ਆਉਂਦਾ। ਭਾਅ ਜੀ ਉਹਦੀ ਗਰੀਸ ਲਾ ਕੇ ਰੱਖਦੇ ਨੇ ਅਤੇ ਹੱਥੋਂ ਤਿਲਕ ਜਾਂਦੇ ਨੇ। ਲੱਕੀ ਡੀਅਰ ਇੱਕ ਬੜਾ ਨਾਮ ਜੋ ਹੈ ਉਹ ਅੱਜ ਮੇਰੇ ਪਾਸ ਮੌਜੂਦ ਹੈ। ਅਸਲਾਮ ਵਾਲੇਕੁਮ ਲੱਕੀ ਸਾਹਿਬ। ਵਾਲੇਕੁਮ ਸਲਾਮ ਜੀ, ਡਾਕਟਰ ਸਾਹਿਬ ਕੀ ਹਾਲ? ਮੈਂ ਤਾਂ ਠੀਕ ਠਾਕ ਹਾਂ ਲੱਕੀ ਸਾਹਿਬ। ਤੁਸੀਂ ਕਿੱਥੇ ਰਹਿ ਗਏ ਹੋ? ਇੰਨੇ ਦਿਨਾਂ ਬਾਅਦ ਹੱਥ ਚੜਿਆ, ਜਦੋਂ ਤੁਹਾਨੂੰ ਕਹੀ ਡਰਾਮਾ ਕਰਨ ਗਿਆ ਰਹੀਮ ਯਾਰ ਖਾਂ। ਆਹੋ, ਉੱਥੋਂ ਮੈਂ ਆਇਆ। ਰਹੀਮ ਯਾਰ ਖਾਂ ਡਰਾਮਾ ਕਰਕੇ ਆਏ? ਹਾਂਜੀ। ਕਿਹਦੇ ਨਾਲ ਡਰਾਮਾ ਕਰਕੇ ਆਏ? ਉਹ ਆਇਆ ਸੀ ਕੋਈ ਕਿਰਨ ਸ਼ਹਿਜ਼ਾਦੀ। ਕਿਰਨ ਸ਼ਹਿਜ਼ਾਦੀ? ਕਿਰਨ ਸ਼ਾਹ? ਕਿਰਨ ਸ਼ਾਹ? ਹਾਂਜੀ, ਕਿਰਨ ਸ਼ਾਹ ਨਾਲ ਡਰਾਮਾ ਕਰ। ਵੈਸੇ ਤੁਸੀਂ ਜ਼ਿੰਦਗੀ 'ਚ ਬੜੇ ਬੜੇ ਲੋਕਾਂ ਨਾਲ ਡਰਾਮਾ ਕੀਤਾ, ਕਿਰਨ ਸ਼ਾਹ ਨੂੰ ਤਾਂ ਛੱਡ ਦਿੰਦੇ? ਹਾਂਜੀ ਹਾਂਜੀ। ਉਹ ਨਹੀਂ ਛੁੱਟਦੀ। ਅੱਛਾ ਜੀ, ਉਹ ਕੀ ਕਹਿੰਦੀ ਸੀ? ਡਰਾਮਾ ਕਰਕੇ ਫਿਰ ਛੁੱਟੋਗੇ? ਡਰਾਮਾ ਕਰ। ਅੱਛਾ, ਅਤੇ ਲੱਕੀ ਸਾਹਿਬ ਕਿੰਨਾ ਚਿਰ ਹੋ ਗਿਆ ਹੈ ਇਸ ਸ਼ੋਭੇ ਦੇ ਵਿੱਚ ਕੰਮ ਕਰਦੇ? 40 ਸਾਲ ਜੀ। 40 ਸਾਲ ਜ਼ਿੰਦਗੀ ਦੇ ਲੱਕੀ ਡੀਅਰ ਸਾਹਿਬ ਨੇ 40 ਸਾਲ ਜ਼ਿੰਦਗੀ ਦੇ ਜਿਹੜੇ ਨੇ ਨਾ ਉਹ ਇਸ ਸ਼ੋਭੇ ਨੂੰ ਦੇ ਛੱਡੇ ਨੇ। ਹਾਂਜੀ। ਨਹੀਂ, ਇਹ ਕਿਵੇਂ ਜ਼ਿਹਨ ਦੇ ਵਿੱਚ ਆਇਆ ਕਿ ਵੀ ਮੈਂ ਐਕਟਰ ਬਣਨਾ? ਮੈਂ ਖੋਤੀ ਰੀੜੀ ਵਾਹੁਣਾ ਨਾ। ਅੱਛਾ, ਖੋਤੀ ਰੀੜੀ ਦੇ ਪਿੱਛੇ ਲਾ ਜਾਂਦਾ ਜੀ, ਬਾਕੀ ਦੀ ਨਹਿਰ ਵੇ ਕਰੋ ਦੁਆ ਸਾਰੇ ਲੱਕੀ ਡੀਅਰ ਦੀ ਖੈਰ ਹੋਵੇ। ਹਾਏ ਹਾਏ ਖੈਰ ਕਰ ਦਿੱਤੀ। ਹਾਏ ਹਾਏ ਹਾਏ, ਜਿਹੜਾ ਪਿੱਛੇ ਸ਼ੇਰ ਲਿਖਾਇਆ ਸੀ, ਵਗ ਦੀ ਨਹਿਰ ਵੇ ਕਰੋ ਦੁਆ ਰਲ ਕੇ ਸਾਰੇ ਹੋਵੇ ਲੱਕੀ ਡੀਅਰ ਦੀ ਖੈਰ ਵੇ। ਹਾਂ, ਖੈਰ ਕਰ ਦਿੱਤੀ ਤੇ ਰੱਬ ਨੇ ਖੈਰ ਕਰ ਦਿੱਤੀ। ਇਹ ਸੋਚਿਆ ਸੀ ਕਿ ਵੀ ਜਿਹੜਾ ਸ਼ੇਰ ਲਿਖਵਾਇਆ ਹੈ ਇਹ ਖੈਰ ਹੋ ਜਾਏਗੀ? ਹਾਂਜੀ, ਮੈਂ ਸੋਚਿਆ ਸੀ ਜੀ, ਮੇਰੀ ਜ਼ਿੰਦਗੀ ਸਵਾਰੀ ਮੁਝ ਕੋ ਗਲੇ ਲਗਾ ਕੇ ਬਿਠਾ ਦੀ ਆ, ਫਲਕ ਪੇ ਮੁਝੇ ਖਾਕ ਸੇ ਉਠਾ ਕੇ। ਆਹਾ, ਵਾਹ 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 ਵਾਹ। ਅੱਛਾ ਜੀ, ਅਤੇ ਉਹ ਕਿੰਨਾ ਚਿਰ ਜੀ ਖੋਤਾ ਰੇੜੀ ਬਾਈ ਜੀ? 4-5 ਸਾਲ ਵਿਆਹ ਜੀ ਮੈਂ। ਅਤੇ ਉਹ ਖੋਤਾ ਰੇੜੀ ਨਾਲ ਤਾਂ ਬੜਾ ਪਿਆਰ ਹੋਣਾ ਤੁਹਾਨੂੰ? ਬੜਾ ਪਿਆਰ ਸੀ, ਰੋਜ਼ ਹੀ ਕਮਾ ਕੇ ਦਿੰਦੇ ਸੀ ਜੀ। ਆਹਾ, ਅਤੇ ਫਿਰ ਜਦੋਂ ਉਹਨੂੰ ਛੱਡਿਆ ਖੋਤਾ ਰੇੜੀ ਨੂੰ, ਅੱਲਾ ਨੇ ਤੁਹਾਨੂੰ ਭਾਗ ਲਿਆ, ਤੁਸੀਂ ਮੁਲਕ ਦੇ ਇੱਕ ਵੱਡੇ ਐਕਟਰ ਬਣ ਗਏ, ਅਤੇ ਉਸ ਤੋਂ ਬਾਅਦ ਫਿਰ ਤੁਸੀਂ ਉਹ ਵੇਚ ਦਿੱਤੀ? ਵੇਚ ਦਿੱਤੀ ਉਹ ਮੇਰਾ ਖੋਤਾ ਜਿਹੜਾ ਵੇਚਿਆ ਹੋਈ ਨਾ, ਅਤੇ ਇੱਕ ਵਾਰੀ ਮੇਰੀ ਗੱਡੀ ਦੇ ਅੱਗੇ ਆਈ ਜਾਵੇ, ਮੈਂ ਪਤਾ ਨਹੀਂ ਕਿਉਂ ਅੱਗੇ ਆਉਂਦਾ। ਜਦੋਂ ਤੁਸੀਂ ਗੱਡੀ ਲੈ ਕੇ ਆਏ, ਪਹਿਲੇ ਖੋਤਾ ਰੇੜੀ 'ਤੇ ਜਾਂਦੇ ਸੀ, ਜਦੋਂ ਗੱਡੀ ਲੈ ਕੇ ਆਏ, ਜਦੋਂ ਗੱਡੀ ਦੇ ਉਹਦੇ ਸਾਹਮਣੇ ਨਿਕਲਦੇ ਹੋਵੋਗੇ ਅਤੇ ਉਹ ਖੋਤਾ ਮੇਰੇ ਅੱਗੇ ਆ ਗਿਆ ਵੇ? ਅੱਛਾ, ਮੈਂ ਕੀ ਗੱਲ ਭਵਾਨ ਠਹਿਰ ਹੈ, ਨਹੀਂ ਮੈਨੂੰ ਛੱਡ ਕੇ ਨਹੀਂ ਤੂੰ ਜਾ ਸਕਦਾ ਵੀ ਖੋਤਾ ਕਹਿੰਦੇ? ਆਹੋ। ਅੱਛਾ, ਮੈਂ ਕਿਹਾ ਅੱਛਾ ਜੀ, ਮੇਰੇ ਵਰਗਾ ਰੰਗ ਸੀ ਨਾ ਉਹਦਾ ਵੀ ਕਾਲਾ ਸੀਗਾ। ਨਹੀਂ, ਖੋਤੇ ਤੇ ਬੜੇ ਬੜੇ ਚਿੱਟੇ ਹੁੰਦੇ ਨੇ। ਨਹੀਂ, ਚਿੱਟਾ ਵੀ ਹੁੰਦਾ ਸੀ, ਕਾਲਾ ਵੀ ਸੀ। ਅੱਛਾ, ਕਾਲਾ ਵੀ ਸੀ। ਹਾਂਜੀ, ਤੇ ਤੁਹਾਡੇ ਕੋਲ ਕਾਲਾ ਖੋਤਾ ਸੀ? ਕਾਲਾ ਖੋਤਾ ਸੀ। ਅੱਛਾ, ਤੇ ਉਹ ਫਿਰ ਕੀ ਅੱਗੇ ਆ ਜਾਂਦਾ ਵੀ ਇਹ ਗੱਡੀ ਤੋਂ ਉਤਰੋ ਤੇ ਮੇਰੇ ਤੇ ਸਵਾਰੀ ਕਰੋ? ਆਹੋ, ਤੇ ਫਿਰ ਉਸ ਤੋਂ ਬਾਅਦ ਉਹ ਖੋਤੇ ਨੂੰ ਕੀਤੀ ਜੀ ਸਵਾਰੀ ਉਹਦੇ ਤੇ? ਅੱਛਾ, ਰਾਸਾ ਫੜ ਕੇ ਮੈਂ ਵੀ ਚਲਾਇਆ ਥੋੜਾ ਜਿਹਾ। ਅੱਛਾ, ਮੈਂ ਖੁਸ਼ ਹੋਣ ਕਹਿੰਦਾ ਖੁਸ਼ ਹਾਂ ਭਾਈ, ਉਹਨੂੰ ਪਹਿਲੇ ਰਾਜ਼ੀ ਕੀਤਾ ਫਿਰ ਗੱਡੀ ਤੇ ਬੈਠੇ, ਫਿਰ ਰਾਜ਼ੀ ਹੋਇਆ? ਕਦੀ ਐਸਾ ਹੋਇਆ ਵੀ ਉਹ ਖੋਤੇ ਨਾਲ ਤੇ ਜ਼ਿੰਦਗੀ ਦੇ 7-8 ਸਾਲ ਗੁਜ਼ਰੇ, ਤੁਸੀਂ ਜਿਸ ਵੇਲੇ ਗੱਡੀ ਲੈ ਲਈ ਤੇ ਖੋਤੇ ਨੇ ਵੀ ਕਿਹਾ ਮੈਂ ਵੀ ਗੱਡੀ 'ਚ ਬਹਿਣਾ? ਹਾਂਜੀ, ਕਿਹਾ ਉਹਨੇ ਗੱਡੀ, ਮੈਂ ਗੱਡੀ 'ਚ ਨਹੀਂ ਪੈ ਸਕਦਾ, ਮੇਰੇ ਮਗਰ ਮਗਰ ਭੱਜ ਗਿਆ ਜਾਵੇ। ਨਹੀਂ ਤੇ ਉਹਨੂੰ ਡਿੱਗੀ 'ਚ ਪਾਉਣਾ ਸੀ? ਡਿੱਗੀ 'ਚ? ਡਿੱਗੀ ਛੋਟੀ ਸੀ ਨਾ। ਅੱਛਾ, ਡਿੱਗੀ ਛੋਟੀ ਸੀ, ਖੋਤਾ ਵੱਡਾ ਸੀ ਭਾਅ ਜੀ। ਅੱਛਾ, ਤੇ ਉਹ ਉਸ ਤੋਂ ਬਾਅਦ ਤੁਸੀਂ ਮਾਸ਼ਾਅੱਲਾ ਮੁਲਕ ਦੇ ਸੁਪਰ ਸਟਾਰ ਬਣੇ। ਹਾਂਜੀ, ਬੜੇ ਬੜੇ ਡਰਾਮੇ ਕੀਤੇ, ਬੜੇ ਬੜਾ ਥੀਏਟਰ ਕੀਤਾ। ਹਾਂਜੀ, ਲੋਕਾਂ ਨੇ ਤੁਹਾਨੂੰ, ਮੈਨੂੰ ਯਾਦ ਹੈ ਜਦੋਂ ਮੈਂ ਨਵਾਂ ਨਵਾਂ ਲਾਹੌਰ ਆਇਆ 2007 'ਚ, ਸਭ ਤੋਂ ਪਹਿਲੇ ਮੇਰੇ ਡਰਾਮੇ ਦੇ ਵਿੱਚ ਮੇਰੇ ਨਾਲ ਕੰਮ ਕਰਨ ਵਾਲੇ ਫਨਕਾਰਾਂ ਦੇ ਵਿੱਚ ਲੱਗੀ ਡੀਅਰ ਸਾਹਿਬ ਵੀ ਸਨ। ਹਾਂਜੀ,
ਮਰੂਮਾ ਅੰਜੁਮਨ ਸ਼ਹਿਜ਼ਾਦੀ, ਉਹ ਤੁਹਾਡਾ ਬੜਾ ਜੁਮਲਾ ਮਸ਼ਹੂਰ ਸੀ ਜਦੋਂ ਤੁਹਾਨੂੰ ਕਹਿੰਦੀ ਸੀ ਤੁਸੀਂ ਜਵਾਬ ਦਿਓਗੇ ਜ਼ਰਾ ਹੁਣ, ਵੇ ਕਾਲਿਆ ਵੇ ਕਾਲਿਆ ਵੇ ਕਾਲਿਆ। ਮੈਂ ਕਹਿੰਦੀ ਕਾਲਾ ਕਾਲਾ ਕਰਨੀ ਹੈ, ਕਦੀ ਕਾਲੇ ਦੇ ਲਾ ਕੇ ਨਾਲ ਦੇ ਵੇ, ਉਹ ਗੋਰਿਆਂ 'ਚ ਕਰਾਂ ਮਾਤ ਨਹੀਂ, ਕਦੀ ਕਾਲਿਆਂ ਦੇ ਕਰਾਂ ਮਾਤ ਦੇ ਵੇ, ਨਹੀਂ ਲੱਖਾਂ ਬਾਲ ਵੇਖੇ ਕਦੀ ਕਾਲੇ ਦਾ ਜੰਮ ਕੇ ਬਾਲ ਦੇ ਵੇ, ਉਹ ਬੜਾ ਖੁਸ਼ ਹੁੰਦਾ। ਲੱਖਾਂ ਬਾਲ ਵੇਖੇ ਨਹੀਂ ਕਦੀ ਕਾਲੇ ਦਾ ਜੰਮ ਕੇ ਬਾਲ ਤੇ ਵੇਖ। ਅੱਛਾ ਇਹ ਲਫ਼ਜ਼ ਤੁਸੀਂ ਥੀਏਟਰ ਦੀ ਦੁਨੀਆ 'ਚ ਇੰਟਰੀ ਦੇ ਵਿੱਚ ਹਰ ਕੁੜੀ ਨੇ ਕਿਹਾ ਵੀ ਲੱਖਾਂ ਬਾਲ ਵੇਖੇ ਨਹੀਂ ਕਦੀ ਕਾਲੇ ਦਾ ਜੰਮ ਕੇ ਬਾਲ ਤੇ ਵੇਖ, ਤੇ ਕਦੀ ਫਿਰ ਕਿਸੇ ਨੇ ਟਰਾਈ ਕੀਤੀ? ਉਹ ਟਰਾਈ ਮੇਰੀ ਬੀਵੀ ਨੇ ਕੀਤੀ। ਅੱਛਾ ਹਾਂਜੀ, ਤੇ ਮਾਸ਼ਾਅੱਲਾ ਹੁਣ ਕਿੰਨੇ ਬੱਚੇ ਨੇ? ਦੋ। ਅੱਛਾ ਤੇ ਉਹ ਹੁਣ ਤਗੜੇ ਨੇ ਛੋਟੇ ਨੇ? ਛੋਟੇ ਛੋਟੇ ਨੇ, ਛੋਟੇ ਛੋਟੇ ਨੇ। ਤੇ ਅੱਲਾ ਪਾਕ ਉਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ, ਲੰਬੀ ਜ਼ਿੰਦਗੀ ਦੇਵੇ। ਤੇ ਹੁਣ ਆਪਣੇ ਬੱਚਿਆਂ ਨੂੰ ਕੀ ਫਨਕਾਰ ਬਣਾਓਗੇ, ਕੀ ਕਰੋਗੇ? ਕੋਈ ਨਹੀਂ, ਪੜ੍ਹਾਵਾਂਗਾ ਉਹਨਾਂ ਨੂੰ। ਅੱਛਾ ਆਪਣੇ ਬੱਚਿਆਂ ਨੂੰ ਪੜ੍ਹਾਓਗੇ, ਫਨਕਾਰ ਨਹੀਂ ਬਣਾਓ? ਫਨਕਾਰ ਕਿਉਂ ਨਹੀਂ ਬਣਾਓਗੇ? ਫਨਕਾਰ ਮੈਂ ਜੀ ਬਣ ਗਿਆ ਤੇ ਹੁਣ ਇੱਕੋ ਹੀ ਹੁੰਦਾ। ਨਹੀਂ ਤੁਸੀਂ ਕੀ ਸਮਝਦੇ ਹੋ ਕਿ ਤੁਸੀਂ ਫਨਕਾਰ ਬਣ ਗਏ ਤੇ ਆਉਣ ਵਾਲੀ ਨਸਲ 'ਚੋਂ ਕੋਈ ਫਨਕਾਰ ਨਹੀਂ ਹੋਣਾ ਚਾਹੀਦਾ? ਕੋਈ ਫਨਕਾਰ ਹੋ ਜਾਵੇ ਤਾਂ ਮੈਂ ਕਹਿ ਨਹੀਂ ਸਕਦਾ ਵੀ। ਅੱਛਾ ਹਾਂਜੀ, ਯਾਨੀ ਤੁਹਾਡੀ ਖਾਹਿਸ਼ ਹੈ ਕਿ ਕੋਈ ਫਨਕਾਰ ਹੋਵੇ? ਹਾਂਜੀ। ਅੱਛਾ ਤੇ ਤੁਸੀਂ ਜਿੰਨੀਆਂ ਤਕਲੀਫਾਂ ਇਸ ਫੀਲਡ ਦੇ ਵਿੱਚ ਹਿੱਟ ਹੋਣ ਲਈ ਬਰਦਾਸ਼ਤ ਕੀਤੀਆਂ ਨੇ, ਤੁਸੀਂ ਚਾਹੁੰਦੇ ਹੋ ਕਿ ਬੱਚੇ ਵੀ ਬਰਦਾਸ਼ਤ ਕਰਨ? ਮੈਂ ਚਾਹੁੰਦਾ ਤਾਂ ਨਹੀਂਗਾ ਵੀ, ਬਾਕੀ ਅੱਲਾ ਨੇ ਜੋ ਮਨਜ਼ੂਰ। ਅੱਛਾ ਇਹ ਲੋਕ ਸਾਨੂੰ ਸਾਡੇ ਉੱਤੇ ਮਹਿੰਗਾ ਟਿਕਟ ਲਾ ਕੇ ਸਾਡੇ ਡਰਾਮੇ ਵੀ ਵੇਖਦੇ ਨੇ ਤੇ ਸਾਨੂੰ ਚੰਗਾ ਵੀ ਨਹੀਂ ਸਮਝਦੇ, ਇਹਦੇ ਬਾਰੇ 'ਚ ਕੀ ਕਹੋਗੇ? ਇਹਦੇ ਬਾਰੇ 'ਚ ਇਹੋ ਹੀ ਹੈ ਕਿ ਬਦ ਫੈਲੀ ਹੋਰ ਕੀ ਹੈ ਵੀ, ਇਹ ਬਦ ਫੇਲੀ ਹੈ। ਇਹ ਤਾਂ ਬੜੀ ਅੱਛੀ ਗੱਲ ਹੈ ਤੇ ਬਦ ਫੇਲੀ, ਕਿ ਇਹ ਬਦ ਫੇਲੀ ਦੇ ਜ਼ੁਮਰੇ 'ਚ ਆਉਂਦਾ ਕਿ ਯਾਰ ਤੁਸੀਂ ਮਹਿੰਗਾ ਟਿਕਟ ਲੈ ਕੇ ਡਰਾਮਾ ਵੀ ਵੇਖਦੇ ਹੋ ਤੇ ਸਾਨੂੰ ਚੰਗਾ ਵੀ ਨਹੀਂ ਸਮਝਦੇ। ਤੇ ਅੱਜ ਕੱਲ੍ਹ ਗੁਜ਼ਰ ਔਕਾਤ ਕਿਵੇਂ ਹੋ ਰਿਹਾ? ਗੁਜ਼ਰ ਔਕਾਤ ਦੀ ਘਰ ਦੀਆਂ ਚੀਜ਼ਾਂ ਵੇਚ ਲਈਦੀਆਂ ਨੇ, ਕੋਈ ਖਾ ਲਈਦਾ। ਤੇ ਉਹ ਗੱਡੀ ਵੇਚ ਕੇ ਲਾਤੀ ਮੈਂ, 14-15 ਲੱਖ ਰੁਪਈਆ ਮੇਰੇ 'ਤੇ ਲੱਗ ਗਿਆ। ਅੱਛਾ ਗੱਡੀ ਵੇਚ ਕੇ ਲਾਤੀ ਮੈਂ। ਬਿਮਾਰ ਜਦੋਂ ਹੋਏ ਤਾਂ ਕਾਫੀ ਪੈਸੇ ਲਾ? ਹਾਂਜੀ ਹਾਂਜੀ। ਅੱਛਾ ਤੇ ਹੁਣ ਗੁਜ਼ਾਰਾ ਹੀ ਹੋ ਰਿਹਾ ਬਸ ਅੱਲਾ ਦਾ। ਨਹੀਂ ਹੁਣ ਸਿਹਤ ਤੇ ਫਿੱਟ ਹੈ ਨਾ? ਹਾਂ ਸਿਹਤ ਸੂ ਠੀਕ ਹੈ, ਹੁਣ ਮੈਂ ਕੰਮ ਸਿਹਤ ਫਿੱਟ ਹੈ ਤੇ ਤੁਸੀਂ ਮੈਦਾਨ 'ਚ ਆ ਗਏ, ਇਨਸ਼ਾ ਅੱਲਾ ਤਾਲਾ ਲੱਕੀ ਡੀਅਰ ਦਾ ਝੰਡਾ ਫੇਰ ਲਹਿਰਾਏਗਾ ਇਨਸ਼ਾ ਅੱਲਾ। ਇਹ ਗੱਡੀਆਂ ਫੇਰ ਆ ਜਾਣਗੀਆਂ, ਇਹ ਅੱਲਾ ਤੁਹਾਨੂੰ ਕੋਠੀਆਂ ਵੀ ਦੇਗਾ। ਫਨਕਾਰ ਨੂੰ ਕਾਇਮ ਉਦੈਮ ਰਹਿਣਾ ਚਾਹੀਦਾ ਤੇ ਫਨਕਾਰ ਦੀ ਅੱਲਾ ਪਾਕ ਸਿਹਤ ਤੰਦਰੁਸਤੀ ਵਾਲੀ ਜ਼ਿੰਦਗੀ ਦੇਵੇ, ਤਾਂ ਕਿ ਉਹ ਖਲੋ ਕੇ ਗੱਜ ਸਕੇ ਤੇ ਵੱਜ ਸਕੇ, ਜਿਵੇਂ ਲੱਕੀ ਡੀਅਰ ਸਟੇਜ ਥੀਏਟਰਾਂ ਦੇ ਵਿੱਚ ਖਲੋ ਕੇ ਗੱਜਦਾ ਹੈ ਤੇ ਵੱਜਦਾ ਹੈ। ਠੀਕ ਹੈ ਨਾ ਜੀ? ਤੇ ਕੋਈ ਆਖਰੀ ਪੈਗਾਮ ਜਿਹੜਾ ਹੈ ਤੁਸੀਂ ਅਗਰ ਕੋਈ ਦੇਣਾ ਚਾਹੋ? ਅੱਜ ਪੈਗਾਮ ਇਹੋ ਹੀ ਕਿ ਮੇਰੇ ਲਈ ਦੁਆ ਕਰ ਦੇਣਾ, ਮੈਂ ਬਿਮਾਰ ਆਦਮੀ ਹਾਂ, ਦੁਆ ਕਰ ਦੇਣਾ, ਦੁਆਵਾਂ ਸ਼ਾਮਲ ਰੱਖਣਾ, ਮੇਰੀ ਮਿਹਰਬਾਨੀ ਹੋਏਗੀ। ਅੱਲਾ ਪਾਕ ਤੁਹਾਨੂੰ ਸਿਹਤ ਤੰਦਰੁਸਤੀ। ਆਮੀਨ। ਲਓ ਜੀ, ਲੱਕੀ ਡੀਅਰ ਸਾਹਿਬ ਨਾਲ ਇੱਕ ਸਾਦਾ ਖੂਬਸੂਰਤ ਅਤੇ ਪਿਆਰਾ ਫਨਕਾਰ ਹੈ ਸਾਡੇ ਥੀਏਟਰ ਦੀ ਦੁਨੀਆ ਦਾ। ਇਹ ਐਡਾ ਸਾਦਾ ਔਰ ਖੂਬਸੂਰਤ ਇਨਸਾਨ ਹੈ ਕਿ ਥੀਏਟਰ ਦੀ ਦੁਨੀਆ ਦੇ ਵਿੱਚ ਅੱਜ ਤੱਕ ਮੈਂ ਕੋਈ ਐਸਾ ਸ਼ਖਸ ਨਹੀਂ ਵੇਖਿਆ ਜਿਹਨੂੰ ਲੱਕੀ ਡੀਅਰ ਕੋਲੋਂ ਕੋਈ ਗਿਲਾ ਹੋਵੇ, ਜਿਹਨੇ ਜ਼ਿੰਦਗੀ 'ਚ ਇਹ ਕਿਹਾ ਹੋਵੇ ਕਿ ਜ਼ਿੰਦਗੀ ਦੇ ਵਿੱਚ ਲੱਕੀ ਡੀਅਰ ਨੇ ਮੈਨੂੰ ਕੋਈ ਤਕਲੀਫ ਦਿੱਤੀ ਹੈ। ਅੱਜ ਦੇ ਦੌਰੇ 'ਚ ਮੇਰਾ ਚੈਨਲ ਹੈ ਲੱਕੀ ਡੀਅਰ ਅਫੀਸ਼ੀਅਲ 1, ਉਹਨੂੰ ਵੀ ਸਬਸਕ੍ਰਾਈਬ ਵੀ ਕਰਨਾ ਅਤੇ ਸ਼ੇਅਰ ਵੀ ਕਰਨਾ ਅਤੇ ਲਾਈਕ ਵੀ ਕਰਨਾ। ਇਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਲੱਕੀ ਡੀਅਰ ਸਾਹਿਬ ਨੇ ਆਪਣਾ ਇੱਕ ਚੈਨਲ ਬਣਾਇਆ ਹੈ, ਲੱਕੀ ਡੀਅਰ ਅਫੀਸ਼ੀਅਲ 1, ਔਰ ਇਹਨਾਂ ਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਦੋਸਤੋ, ਕਿਉਂਕਿ ਲੱਕੀ ਡੀਅਰ ਸਾਹਿਬ ਦਾ ਜਿਹੜਾ ਚੈਨਲ ਹੈ ਜ਼ਾਹਿਰ ਉਹਦੇ ਉੱਤੇ ਬੜੇ ਅੱਛੇ ਅੱਛੇ ਪ੍ਰੋਗਰਾਮ ਹੋਣਗੇ, ਬੜੇ ਅੱਛੇ ਅੱਛੇ ਐਕਟਰ ਆਉਣਗੇ। ਲਓ ਫਿਰ ਇਹਨਾਂ ਗੱਲਾਂ ਦੇ ਨਾਲ ਮੈਨੂੰ ਅਤੇ ਲੱਕੀ ਡੀਅਰ ਸਾਹਿਬ ਨੂੰ ਇਜਾਜ਼ਤ ਦਿਓ। ਪਾਕਿਸਤਾਨ ਜ਼ਿੰਦਾਬਾਦ। ਜ਼ਿੰਦਾਬਾਦ।